ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਜੀਰਕਪੁਰ ਦੇ ਬਲਟਾਣਾ ਦੇ ਵਿੱਚ ਮਹਾਲੀ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਹੋਈ ਫਾਇਰਿੰਗ ਇਹ ਆ ਦੋਸਤੋ ਜੀਰਕਪੁਰ ਦੇ ਬਲਟਾਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੱਤੇ ਮਹਾਲੀ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਫਾਇਰਿੰਗ ਹੋਈ ਹੈ ਪੰਜਾਬ ਪੁਲਿਸ ਦੀ ਗੈਂਗਸਟਰਾਂ ਦੇ ਖਿਲਾਫ ਵੱਡੀ ਕਾਰਵਾਈ ਸਾਹਮਣੇ ਆਈ ਹੈ ਇਸ ਦੌਰਾਨ ਗੈਂਗਸਟਰਾਂ ਤੇ ਪੁਲਿਸ ਦਾ ਵਿਚਾਲੇ ਮੁਕਾਬਲਾ ਹੋਇਆ ਤੇ ਘਟਨਾ ਦੇ ਦੌਰਾਨ ਗੈਂਗਸਟਰਾਂ ਨੇ ਪਹਿਲਾਂ ਪੰਜਾਬ ਪੁਲਿਸ ਤੇ ਗੋਲਾਬਾਰੀ ਕੀਤੀ ਅਤੇ ਜਵਾਬ ਦੇ ਵਿੱਚ ਪੰਜਾਬ ਦੀ ਪੁਲਿਸ ਦੀ ਗੋਲਾਬਾਰੀ ਦੇ ਦੌਰਾਨ ਇਹ ਦੋ ਗੈਂਗਸਟਰ ਜ਼ਖਮੀ ਹੋ ਗਏ ਪੁਲਿਸ ਨੇ ਇੱਕ ਐਸਾ ਕਾਰਵਾਈ ਦੇ ਦੌਰਾਨ ਤਿੰਨ ਗੈਂਗਸਟਰਾਂ ਨੂੰ ਗ੍ਰਫਤਾਰ ਵੀ ਕੀਤਾ ਹੈ ਤੇ ਜਿੰਨਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ ਐਂਟੀ ਟੈਰਰਿਸਟ ਫਰੰਟ ਦਾ ਬਾਬਾਦ ਤੋਂ ਬਿਆਨ ਸਮਰੰਜੀਤ ਮਾਨ ਦਾ ਮੂੰਹ ਕਾਲਾ ਕਰਨ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਜੀਆ ਦੋਸਤੋ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ ਸੰਡਲਿਆ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼ਹੀਦ ਦੇ ਆਜਮਾ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲੇ ਜਰਨਲਿਸਟ ਸਿੰਘ ਭਿੰਡਰਾ ਵਾਲੇ ਦੀ ਖਾਲਸਤਾਨੀ ਮੁਹਿੰਮ ਸ਼ੁਰੂ ਕਰਨ ਵਾਲੇ ਸਮਰੰਜੀਤ ਸਿੰਘਾ ਮਾਨ ਦਾ ਮੂੰਹ ਕਾਲਾ ਕਰਨ ਵਾਲੇ ਨੂੰ 2 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸੰਸਦ ਮੈਂਬਰ ਦੇ ਪੁਤਲੇ ਫੂਕੇ ਜਾਣਗੇ। ਸਾੰਡਲੀਆਂ ਨੇ ਕਿਹਾ ਕਿ ਜੋ ਵਿਅਕਤੀ ਭਗਤ ਸਿੰਘ ਨੂੰ ਅੱਤਵਾਦੀ ਦੱਸਦਾ ਹੈ ਤੇ ਉਹ ਦੇਸ਼ ਦੇ 132 ਕਰੋੜ ਲੋਕਾਂ ਦਾ ਦੋਸ਼ਮਣ ਹੀ ਨਹੀਂ ਸਗੋਂ ਦੇਸ਼ ਦੇ ਤਰੰਗੇ ਅਤੇ ਸੰਵਿਧਾਨ ਦਾ ਵੀ ਦੋਸ਼ਮਣ ਹੈ ਤੇ ਇਸ ਨੂੰ ਸੰਸਦ ਦੇ ਵਿੱਚ ਜੇਲ੍ਹ ਵਿੱਚ ਡੱਕਿਆ ਜਾਣਾ ਚਾਹੀਦਾ ਹੈ ਸਬਸਿਡੀਆਂ ਦਾ ਪ੍ਰਬੰਧ ਕਰਨਾ ਪਵੇਗਾ ਨਹੀਂ ਤਾਂ ਸਰਕਾਰ ਲਈ ਹੋ ਸਕਦੀ ਹੈ ਮੁਸ਼ਕਲ ਤਾਂ ਦੋਸਤੋ ਬਾਲਣ ਤੇ ਐਕਸਾਈਜ਼ਰ ਡਿਊਟੀ ਦੇ ਵਿੱਚ ਕਟੌਤੀ ਤੋਂ ਬਾਅਦ ਸਰਕਾਰੀ ਖਜ਼ਾਨੇ ਤੇ ਬੋਝ ਵੱਧ ਗਿਆ ਹੈ ਅਜਿਹੇ ਵਿੱਚ ਅਧਿਕਾਰਤ ਸੂਤਰਾਂ ਦਾ ਮੰਨਣਾ ਹੈ ਕਿ ਵਿੱਤੀ ਘਾਟੇ ਤੇ ਕਾਬੂ ਪਾਉਣ ਦੇ ਲਈ ਸਬਸਿਡੀਆਂ ਦਾ ਪ੍ਰਬੰਧਨ ਹੋਰ ਸਖਤ ਅਤੇ ਨਿਸ਼ਾਨਾਬੰਦ ਤਰੀਕੇ ਦੇ ਨਾਲ ਕਰਨ ਦੀ ਲੋੜ ਹੈ ਸਰਕਾਰ ਨੇ 23 ਮਈ ਨੂੰ ਪੈਟਰੋਲ ਤੇ 8 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਤੇ 6 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਕਟਾ ਘਟਾ ਦਿੱਤੀ ਸੀ ਇਸ ਕਾਰਨ ਸਰਕਾਰ ਨੂੰ ਸਾਲਾਨਾ 1 ਲੱਖ ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਣ ਦਾ ਅਨੁਮਾਨ ਹੈ ਇਸ ਤੋਂ ਪਹਿਲਾਂ April ਦੇ ਵਿੱਚ ਸਰਕਾਰ ਨੇ DPA ਸਮੇਤ ਫਾਸਫੇਟ ਅਤੇ ਪੋਟਾਸ਼ ਖਾਦਾਂ ਦੇ ਲਈ ਚਾਲੂ ਬੀਤੀ ਇਸ ਸਾਲ ਦੀ ਪਹਿਲੀ ਸ਼ਿਮਾਹੀ ਦੇ ਵਿੱਚ 60939.23 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਸੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਜੋਇਨਾ ਨੂੰ ਸਤੰਬਰ 2022 ਤੱਕ 6 ਮਹੀਨਿਆਂ ਦੇ ਲਈ ਵਧਾ ਦਿੱਤਾ ਗਿਆ ਹੈ ਪੰਜਾਬ ਚ ਦਿੱਲੀ ਕਟੜਾ ਐਕਸਪ੍ਰੈਸ ਬੀ ਦੇ ਨਿਰਮਾਣ ਤੇ ਫਸਿਆ ਪੇਚ ਜ਼ਮੀਨ ਦੀ ਘੱਟ ਕੀਮਤ ਦੇਣ ਤੇ ਕਿਸਾਨਾਂ ਨੇ ਖੋਲਿਆ ਮੋਰਚਾ ਤਾਂ ਦੋਸਤੋ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕਟੜਾ ਐਕਸਪ੍ਰੈਸ ਬੀ ਦੇ ਲਈ ਜ਼ਮੀਨ ਦੇਣ ਤੋਂ ਇਨਕਾਰ ਕਰਕੇ ਵਿਰੋਧ ਵਿੱਚ ਮੋਰਚਾ ਖੋਲ ਦਿੱਤਾ ਤੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਜ਼ਮੀਨ ਦੀ ਘੱਟ ਕੀਮਤ ਮਿਲੀ ਆ ਤੇ ਹੁਣ ਉਹ ਕਿਸੇ ਵੀ ਅਧਿਕਾਰੀ ਨੂੰ ਆਪਣੀ ਜ਼ਮੀਨ ਵਿੱਚ ਵੜਨ ਨਹੀਂ ਦੇਣਗੇ ਦੱਸ ਰਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਨ ਸਰਕਾਰ ਦੇ ਵੱਲੋਂ ਨੇੜਲੇ ਪਿੰਡਾ ਸੰਤੋਖਪੁਰਾ ਹਰਕ੍ਰਿਸ਼ਨਪੁਰਾ ਅਤੇ ਖੇੜੀ ਚੇਂਦਬਾਦ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਤੇ ਦਿੱਲੀ ਕਟੜਾ ਐਕਸਪ੍ਰੈਸ ਵੀ ਬਣਾਇਆ ਜਾ ਰਿਹਾ ਹੈ ਇਸ ਦੇ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦੇ ਵੱਲੋਂ ਕਿਸਾਨਾਂ ਤੋਂ ਸਸਤੇ ਭਾਅ ਤੇ ਜ਼ਮੀਨਾਂ ਲੈਣ ਦੀ ਕਾਰਵਾਈ ਦੇ ਵਿਰੁੱਧ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਤੇ ਕਿਸਾਨ ਯੂਨੀਅਨ ਦੇ ਨਾਲ ਕਿਸਾਨਾਂ ਨੇ ਪਿੰਡ ਖੇੜੀ ਜੰਮਾ ਵਿੱਚ ਧਾਰਨਾ ਦਿੱਤਾ ਰਾਸ਼ਟਰਪਤੀ ਚੋਣ ਦੇ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ 10 ਵਜੇ ਸ਼ੁਰੂ ਹੋਵੇਗੀ VOTING ਅਕਾਲੀ ਦਲ ਨੇ NDA ਨੂੰ ਸਮਰਥਨ ਦੇਣ ਦਾ ਕੀਤਾ ਐਲਾਨ ਤਾਂ ਦੋਸਤੋ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਸਵੇਰੇ 10 ਵਜੇ ਰਾਸ਼ਟਰਪਤੀ ਦੀ ਚੋਣ ਦੇ ਲਈ VOTING ਸ਼ੁਰੂ ਹੋ ਜਾਵੇਗੀ ਤੇ UPIN ਦੀ ਉਮੀਦਵਾਰ ਜਸਵੰਤ ਸੈਨਾ ਅਤੇ NDA ਦੇ ਉਮੀਦਵਾਰ ਦਰੋਪਦੀ ਮੁਰਮੂ ਹੈ ਅਤੇ ਅਕਾਲੀ ਦਲ ਨੇ ਐਨਡੀਏ ਉਮੀਦਵਾਰوں ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਰਾਜਾ ਬੜੰਗ ਨੇ ਕਿਸਾਨਾਂ ਦੀਆਂ ਨੁਕਸਾਨੀਆਂ ਫਸਲਾਂ ਦੇ ਲਈ 35000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਕੀਤੀ ਮੰਗ ਜਿहां ਦੋਸਤੋ ਪੰਜਾਬ ਦੇ ਵਿੱਚ ਪਿਛਲੇ ਦਿਨੇ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਜਿੱਥੇ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਤੇ ਉੱਥੇ ਹੀ ਇਸ ਬਾਰਿਸ਼ ਦੇ ਕਾਰਨ ਘਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਤੇ ਹਲਕੇ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਗਿੱਦੜਬਾਹਾ ਤੋਂ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੰਗ ਨੇ ਕਿਸਾਨਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਉਹਨਾਂ ਨੇ ਕਹਿ ਕੇ بارش ਤੋਂ ਪਹਿਲਾਂ ਮੁਕੰਮਲ ਬੰਦੋਬਸਤ ਨਾ ਹੋਣ ਦੇ ਕਾਰਨ ਪਿੰਡਾਂ ਵਿੱਚ ਪਾਣੀ ਆ ਗਿਆ ਤੇ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਸਪੈਸ਼ਲ ਅਗਰਦਾਵਰੀ ਕਰਵਾਈ ਜਾਵੇ ਤੇ ਇਸ ਦੇ ਨਾਲ ਕਿਸਾਨਾਂ ਨੂੰ 35000 ਰੁਪਏ ਪ੍ਰਤੀ ਏਕੜ ਜਿਨ੍ਹਾਂ ਦੇ ਘਰਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਣੋ ਅੱਜ ਦੇ ਮੌਸਮ ਦਾ ਅਪਡੇਟ ਹੈ ਤਾਂ ਦੋਸਤੋ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਸ਼ਨੀਵਾਰ ਨੂੰ ਅਸਮਾਨ ਵਿੱਚ ਬੱਦਲ ਰਹੇਗਾ ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਤੇ ਇਸ ਦਰਾਂਨ ਭਾਰਤੀ ਮੌਸਮ ਵਿਭਾਗ ਨੇ 19 ਜੁਲਾਈ ਨੂੰ ਰਾਜ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਮੌਸਮਾ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਦੇ ਅਨੁਸਾਰ ਅੰਮ੍ਰਿਤਸਰ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਤਲਾ ਜਲੰਧਰ ਲੁਧਿਆਣਾ ਰੋਪੜ ਅਤੇ ਪਟਿਆਲਾ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੋ ਸਕਦੀ ਹੈ ਤੇ ਅਜਿਹੇ ਵਿੱਚ ਅਲਰਟ ਜਾਰੀ ਕੀਤਾ ਗਿਆ ਦੂਜੇ ਪਾਸੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ ਗਏ ਨੌਜਵਾਨਾਂ ਨੂੰ ਦੁਬਈ ਦੇ ਵਿੱਚ ਟਰੈਵਲ ਏਜੰਟਾਂ ਨੇ ਬਣਾਇਆ ਬੰਧਕ ਜੀ ਹਾਂ ਦੋਸਤੋ ਕੋਈ ਸਮਾਂ ਸੀ ਜਦੋਂ ਪੰਜਾਬ ਪੰਜ ਦਰਿਆਵਾਂ ਦੇ ਲਈ ਜਾਣਿਆ ਜਾਂਦਾ ਸੀ ਪਰ ਹੁਣ ਇਹ ਅਜਿਹਾ ਸੂਬਾ ਬਣ ਗਿਆ ਹੈ ਜਿਸ ਤੇ ਸਭ ਤੋਂ ਵੱਧ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਭਾਵੇਂ ਵਿਦੇਸ਼ ਜਾਣ ਦੇ ਲਈ ਉਹਨਾਂ ਨੂੰ ਕਈ ਵਾਰ ਠੱਗੀ ਵੀ ਵੱਜ ਜਾਂਦੀ ਹੈ ਪਰ ਫਿਰ ਵੀ ਨੌਜਵਾਨ ਇਹਨਾਂ ਏਜੰਟਾਂ ਦੀਆਂ ਗੱਲਾਂ ਵਿੱਚ ਆਉਣ ਤੋਂ ਬਾਜ ਨਹੀਂ ਆਉਂਦੇ ਇਸ ਕਾਰਨ ਟ੍ਰੈਵਲ ਏਜੰਟਾਂ ਦੇ ਹੌਸਲੇ ਵਧੇ ਜਾ ਰਹੇ ਹਨ ਤੇ ਹਾਲ ਹੀ ਦੇ ਵਿੱਚ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਦਸੂਹਾ ਦੇ ਨੌਂ ਬੰਨਾਂ ਨੂੰ ਆਪਣੇ ਊਜਵਲ ਭਵਿੱਖਾਂ ਤੇ ਰੋਜੀ ਰੋਟੀ ਕਮਾਉਣ ਦੇ ਲਈ ਜਲੰਧਰ ਦੇ ਟ੍ਰੈਵਲ ਏਜੰਟ ਦੇ ਦੁਆਰਾ ਉਹਨਾਂ ਨੂੰ 4-4 ਲੱਖ ਰੁਪਏ ਦੇ ਕੇ ਦੁਬਈ ਗਏ ਸਨ ਪਰ ਦੁਬਈ ਪਹੁੰਚ ਰਹੀ ਉਹਨਾਂ ਨੂੰ ਦਰਦਾਰ ਦੀਆਂ ਠੋਕਰਾਂ ਖਾਣੀਆਂ ਪਈਆਂ ਹਨ ਤੇ ਏਜੰਟਾਂ ਨੇ ਕੰਮ ਦਵਾਉਂਦਾ ਜੋ ਵਾਦਾ ਕੀਤਾ ਸੀ ਪਰ ਅੱਜ ਉਹ ਉੱਥੇ ਰੋਜੀ ਰੋਟੀ ਕਮਾਉਣ ਦੇ ਲਈ ਵੀ ਤਰਸ ਰਹੇ ਹਾਂ ਤੇ ਉਹਨਾਂ ਨੇ ਹੱਦ ਤਾ ਉਦੋਂ ਹੋ ਗਈ ਜਦੋਂ ट्रैवल ਏਜੰਟਾਂ ਨੇ ਇਹਨਾਂ ਨਵੇਂ ਬਾਨਾਂ ਦੇ ਨਾਂ ਤੇ ਐਪਲ ਮੋਬਾਈਲ ਖਰੀਦ ਲੈ ਤੇ ਇੰਨਾ ਹੀ ਨਹੀਂ ट्रैवल ਏਜੰਟਾਂ ਨੇ ਕੁਝ ਲੜਕਿਆਂ ਨੂੰ ਕ੍ਰੈਡਿਟ ਕਾਰਡ ਬਣਾਉਣ ਦੇ ਲਈ ਵੀ ਕਿਹਾ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਨੇ ਕਾਰਡ ਬਣਵਾ ਲਏ ਤੇ ਹਾਲਾਂਕਿ ਜਦੋਂ ਉਹਨਾਂ ਨੇ ਆਪਣੇ ਮੋਬਾਈਲ ਦੇ ਵਿੱਚ ਮੈਸੇਜ ਚੈੱਕ ਕੀਤਾ ਤਾਂ ਉਹਨਾਂ ਦੇ ਕ੍ਰੈਡਿਟ ਕਾਰਡ ਤੋਂ 50 ਲੱਖ ਦਾ ਲੋਨ ਏਜੰਟਾਂ ਨੇ ਲਿਆ ਹੋਇਆ ਸੀ ਤੇ ਜਦੋਂ ਇਸ ਬਾਰੇ ਦੁਬਈ ਦੇ ਵਿੱਚ ਆਪਣੇ ਟਰੈਵਲ ਏਜੰਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰਿਆਂ ਦੇ ਪਾਸਪੋਰਟ ਲੈ ਲਏ ਤੇ ਫਿਰ ਉਹਨਾਂ ਨੂੰ ਬੰਧਕ ਬਣਾ ਲਿਆ ਗਿਆ ਨਮੋਦਿਆ ਵਿਦਿਆਲਯ ਦੇ ਵਿੱਚ 1616 ਅਸਾਮੀਆਂ ਦੀ ਨਿਕਲੀ ਭਾਰਤੀ 22 ਜੁਲਾਈ ਤੱਕ ਕਰੋ ਅਪਲਾਈ ਤਾਂ ਦੋਸਤੋ ਜਵਾਹਰ ਨਮੋਦਿਆ ਵਿਦਿਆਲਯ ਦੇ ਵਿੱਚ ਅਧਿਆਪਕਾਂ ਦੀ ਸਰਕਾਰੀ ਨੌਕਰੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਦੇ ਲਈ ਖੁਸ਼ਖਬਰੀ ਹੈ ਕੇਂਦਰੀ ਸਿੱਖਿਆ ਮੰਤਰਾਲੇ ਦੀ ਇੱਕ ਖੁਦਮੁਖਤਿਆਰ ਸੰਸਥਾ ਨਮੋਦਿਆ ਵਿਦਿਆਲਯਾ ਸਮੇਟੀ ਦੁਆਰਾ ਚਲਾਏ ਜਾ ਰਹੇ ਦਿਸਪਾਰ ਦੇ ਵਿੱਚ 649 ਨਮੂਦਿਆ ਵਿਦਿਆਲਯ ਦੇ ਵਿੱਚ 1616 ਅਧਿਆਪਕਾਂ ਅਸਾਮੀਆਂ ਦੇ ਭਾਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਐਨਵੀਐਸ ਦੁਬਾਰਾ ਸ਼ੁੱਕਰਵਾਰ 1 ਜੁਲਾਈ 2022 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਵੱਖ-ਵੱਖ ਤਾਮਾ ਤੇ ਸਤਤ ਜਬਾਹਰ ਨਮੂਦਿਆ ਵਿਦਿਆਲਯ ਦੇ ਵਿੱਚ ਵੱਖ-ਵੱਖ ਬੇਸ਼ਾਂ ਦੇ ਲਈ ਸਖਲਾਈ ਪ੍ਰਾਪਤ ਗ੍ਰੈਜੂਏਟ ਟੀਚਰ ਪੋਸਟ ਗ੍ਰੈਜੂਏਟ ਟੀਚਰ ਪ੍ਰਿੰਸੀਪਲ ਅਤੇ ਫਟਕਲ ਸਰਿਆਣੀ ਦੇ ਅਧਿਆਪਕਾਂ ਦੀਆਂ ਕੋਲਾ 1616 ਆਸਾਮਾ ਹਨ ਪੰਜਾਬ ਦੀਆਂ ਸੜਕਾਂ ਤੇ ਸਫ਼ਰ ਕਰਨ ਤੋਂ ਪਹਿਲਾਂ ਸਾਵਧਾਨ ਭਗਵੰਤਮਾਨ ਸਰਕਾਰ ਦੇ ਵੱਲੋਂ ਸਾਕਤੀ ਜੀਹਾਂ ਦੋਸਤੋ ਭਗਵੰਤਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਟ੍ਰੈਫਿਕ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ ਇਸ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਹਿੰਗੀ ਪੈ ਸਕਦੀ ਹੈ ਤਾਜ਼ਾ ਹੁਕਮਾਂ ਦੇ ਮੁਤਾਬਕ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਉਣਾ ਲਾਲ ਬੱਤੀ ਦੀ ਉਲੰਘਣਾ ਕਰਨਾ ਸ਼ਰਾਬ ਪੀ ਕੇ ਗੱਡੀ ਚਲਾਉਣਾ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨਾ ਤੇ ਗੱਡੀਆਂ ਦੇ ਵਿੱਚ ਅਦ ਕਾਰਤ ਤੋਂ ਵੱਧ ਭਾਰ ਲਿਜਾਂਦੇ ਵੱਡਾ ਜੁਰਮਾਨਾ ਪੈ ਸਕਦਾ ਹੈ ਤੇ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਮੋਬਾਈਲ ਫੋਨ ਦੀ ਵਰਤੋਂ ਕਰਨਾ ਸਭ ਤੋਂ ਸੰਗੀਨ ਜੁਰਮ ਮੰਨਿਆ ਗਿਆ ਹੈ ਤੇ ਇਸ ਨੋਟੀਫਿਕੇਸ਼ਨ ਦੇ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣਾ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਕਰਨ ਦੇ ਦੋਸ਼ ਦੇ ਹੇਠਾਂ ਚਾਲਕ ਨੂੰ ਪਹਿਲੀ ਵਾਰ 5000 ਰੁਪਏ ਦਾ ਜੁਰਮਾਨਾ ਅਤੇ 3 ਮਹੀਨਿਆਂ ਦੇ ਲਈ ਲਾਇਸੈਂਸ ਮੁਅਤਲ ਹੋਣ ਦੀ ਸਜ਼ਾ ਹੋਵੇਗੀ ਇਸੇ ਤਰ੍ਹਾਂ ਦੂਜੀ ਵਾਰ ਇਸੇ ਦੋਸ਼ ਹੇਠ ਪੜੇਗੇ ਚਾਲਕ ਨੂੰ 10000 ਰੁਪਏ ਦਾ ਜੁਰਮਾਨਾ ਤੇ 3 ਮਹੀਨਿਆਂ ਦੇ ਲਈ ਲਾਇਸੈਂਸ ਮੁਅਤਲ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਲਾਲ ਬੱਤੀ ਦੀ ਉਲੰਘਣਾ ਕਰਨ ਅਤੇ ਨਿਰਧਾਰਤ ਗਤੀ ਸੀਮਾ ਤੋਂ ਬਾਦਰ ਰਫਤਾਰ ਤੇ ਵਾਹਨ ਚਲਾਉਣ ਵਾਲੇ ਨੂੰ ਪਹਿਲੀ ਵਾਰ 1000 ਅਤੇ ਦੂਜੀ ਵਾਰ 2000 ਰੁਪਏ ਦਾ ਜੁਰਮਾਨਾ ਸਣੇ ਦੋ ਮਹੀਆ ਬਾਅਦ ਤਿੰਨ ਤਿੰਨ ਮਹੀਨਾਵਾਂ ਦੇ ਲਈ ਲਾਇਸੈਂਸ ਮੁਅਤਲ ਕਰਨ ਦੀ ਸਜ਼ਾ ਹੋਵੇਗੀ ਤੇ ਇਹ ਜੁਰਮਾਨਾ ਦੋ ਪਹੀਆ ਵਾਹਨ ਚਾਲਕਾਂ ਤੇ ਵੀ ਲਾਗੂ ਹੋਵੇਗਾ ਆਈ ਸੀ ਐਸ ਸੀ 10ਵੀਂ ਬੋਰਡ ਅ ਪ੍ਰੀਖਿਆ ਦਾ ਨਤੀਜਾ ਜਾਰੀਤਾ ਦੋਸਤੋ ਕਾਉਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਆਈ ਸੀ ਐਸ ਇਹ 10ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿੱਤੇ ਗਿਆਨ ਤੇ ਜਿਹੜੇ ਵਿਦਿਆਰਥੀ ਇਸ ਸਾਲ ਇੰਡੀਅਨ ਸਰਟੀਫਿਕੇਟ ਆਫ ਸਕੈਂਡਰੀ ਐਜੂਕੇਸ਼ਨ ਭਾਵ 10ਵੀਂ ਜਮਾਤ ਦੀ ਬੋਰਡ ਅ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ ਤੇ ਉਹ ਹੁਣ ਬੋਰਡ ਦੇ ਅਧਿਕਾਰਤ ਵੈਬਸਾਈਟ cicsce.org ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਿਆਵਾਂ ਤੇ ਡਰੇਨਾਂ ਦੀ ਸਫਾਈ ਦੇ ਲਈ ਰਾਜ ਵਿਆਪੀ ਮੁਹਿੰਮ ਵਿੱਢਣ ਦਾ ਕੀਤਾ ਐਲਾਨ ਜੀ ਹਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਦੇ ਦਰਿਆਵਾਂ ਤੇ ਡਰੇਨਾਂ ਦੀ ਸਫਾਈ ਦੇ ਲਈ ਸੂਬਾ ਪੱਧਰੀ ਮੁਹਿੰਮਾ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਪਵਿੱਤਰ ਕਾਲੀ ਬਈ ਬਾਂਗ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਪੀਣ ਯੋਗ ਬਣਾਵਾਗੇ ਤੇ ਮੁੱਖ ਮੰਤਰੀ ਪੰਜਾਬ ਕਲੋ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਬੀ ਦੀ ਕਾਰ ਸੇਵਾ ਦੀ 22ਵੀਂ ਬਰੇਗੰਡ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਹਿ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਅਸੀਚੇਵਾਲ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬੇ ਨਾਨਕ ਦੀ ਪਲੀਤ ਹੋ ਚੁੱਕੀ ਨਦੀ ਨੂੰ ਇਨਾ ਸਾਫ ਕਰ ਦਿੱਤਾ ਹੈ ਕਿ ਹੁਣ ਇਸ ਦਾ ਪਾਣੀ ਸਿੱਧੇ ਤੌਰ ਤੇ ਪੀਤਾ ਜਾ ਸਕਦਾ ਹੈ। ਉਹਨਾਂ ਨੇ ਕਹਿ ਕੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਪੰਜਾਬ ਸਰਕਾਰ ਜਲਦ ਹੀ ਸੂਬੇ ਦੇ ਕੁਦਰਤੀ ਸਰੋਤਾਂ 드라마 ਅਤੇ ਡਰੇਨਲਿਸ ਸਾਫ ਸਫਾਈ ਦੇ ਲਈ ਵਿਆਪਕ ਮੁਹਮਾ ਸ਼ੁਰੂ ਕਰੇਗੀ ਭਗਵੰਤਮਾਨ ਨੇ ਕਿਹਾ ਕਿ ਭਾਵੇਂ ਇਸ ਮਹਾਨ ਕਾਰਜਾਂ ਦੇ ਲਈ ਫੰਡਾਂ ਦੀ ਕੋਈ ਘਾਟ ਨਹੀਂ ਅਤੇ ਉਹਨਾਂ ਨੇ ਇਸ ਮਹਿੰਮ ਨੂੰ ਜਨਤਕ ਲਹਿਰ ਬਣਾਉਣ ਦੇ ਲਈ ਲੋਕਾਂ ਦੇ ਸਹਿਯੋਗ ਵੀ ਮੰਗਿਆ ਹੈ ਆਮ ਆਦਮੀ ਨੂੰ ਝਟਕਾ ਅੱਜ ਤੋਂ ਦਹੀਂ ਲੱਸੀ ਅਤੇ ਹੋਰ ਵਸਤੂਆਂ ਤੇ ਲੱਗੇਗਾ ਜੀਐਸਟੀ ਜਾਣੋ ਕੀ ਹੋਵੇਗਾ ਮਹਿੰਗਾ ਤੇ ਕੀ ਹੋਵੇਗਾ ਸਸਤਾ ਤਾ ਦੋਸਤੋ ਜੂਨ ਦੇ ਅੰਤ ਦੇ ਵਿੱਚ ਜੀਐਸਟੀ ਕੌਂਸਲਰਾਂ ਨੇ ਵਿੱਤ ਮੰਤਰੀ ਨਰਮਲਾ ਸੀਤਾਰਮਨ ਦੀ ਅਗਵਾਈ ਦੇ ਵਿੱਚ ਆਪਣੀ 47ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿੱਥੇ ਵੱਖ-ਵੱਖ ਵਸਤੂਆਂ ਅਤੇ ਵਸਤੂਆਂ ਅਤੇ ਸੇਵਾ ਟੈਕਸ ਲਗਾਉਣਾ ਬਾਰੇ ਕਈ ਫੈਸਲੇ ਕੀਤੇ ਗਏ। ਮੀਟਿੰਗ ਦੇ ਦੌਰਾਨ ਕੌਂਸਲ ਨੇ ਕਈ ਵਸਤੂਆਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਲਈ ਸਹਿਮਤੀ ਦਿੱਤੀ ਹੈ ਜੋ ਕਿ ਪਹਿਲਾਂ ਟੈਕਸ ਮੁਕਤ ਸਨ। ਇਸ ਦੇ ਨਾਲ ਹੀ ਆਮ ਆਦਮੀ ਦੇ ਘਰੇਲੂ ਬਜਟ ਦੇ ਵਿੱਚ ਵਾਧਾ ਹੋਣ ਦੀ ਉਮੀਦ ਹੈ ਜੋ ਕਿ ਪਹਿਲਾਂ ਹੀ ਬੇਮਿਸਾਲ ਮਹਿੰਗਾਈ ਦੇ ਦਬਾਅ ਹੇਠ ਜੂਝ ਰਿਹਾ ਹੈ। GST ਪੈਨਲ ਨੇ ਪੈਕੇਟਡ ਪੂੜਾ ਆਈਟਮਾਂ ਨੂੰ GST ਦੇ ਦਾਇਰੇ ਵਿੱਚ ਲਿਆਉਂਦੇ ਹੀ ਸਪਾਰਸ਼ ਨੂੰ ਸਬਕਾਰ ਕਰ ਲਿਆ ਹੈ ਹੁਣ ਤੱਕ ਵਿਸ਼ੇਸ਼ ਔ ਖਰਾਕੀ ਵਸਤੂਆਂ ਅਨਾਜ ਆਦ ਜੇ ਬ੍ਰਾਂਡਡ ਨਹੀਂ ਹਨ ਨੂੰ GST ਤੋਂ ਛੋਟ ਦਿੱਤੀ ਗਈ ਸੀ GST ਕੌਂਸਲ ਨੇ ਪ੍ਰੀ ਪੈਕ ਕੀਤੇ ਅਤੇ ਪ੍ਰੀ ਲੇਬਲ ਕੀਤੇ ਰਿਟੇਲ ਪੈਕਾਂ ਤੋਂ ਛੋਟ ਨੂੰ ਸੋਧਣ ਦੀ ਸਪਾਰਸ਼ ਕੀਤੀ ਹੈ ਜਿਹਦੇ ਵਿੱਚ ਪ੍ਰੀ ਪੈਕ ਕੀਤੇ ਪਹਿਲਾਂ ਤੋਂ ਲੇਬਲ ਕੀਤੇ ਦਹੀਂ ਲੱਸੀ ਅਤੇ ਮੱਖਣ ਤੇ ਦੁੱਧ ਸ਼ਾਮਲ ਹੰਤੇ ਭਾਵ ਇਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਬੈਂਕਾਂ ਦੁਆਰਾ ਚੈੱਕ ਜਾਰੀ ਕਰਨ ਤੇ ਖਰਚਿਆਂ ਤੇ 18% ਦੀ GST ਲਾਇਆ ਜਾਵੇਗਾ। GST ਕੌਂਸਲ ਨੇ ₹1000 ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਤੇ ਕਮਰਿਆਂ ਤੇ 12% ਦੀ ਦਰ ਦੇ ਨਾਲ ਟੈਕਸ ਲਾਉਣ ਲਈ ਕਿਹਾ ਤੇ ਫਿਲਹਾਲ ਇਸ ਤੇ ਕੋਈ ਵੀ ਟੈਕਸ ਨਹੀਂ ਹੈ। ਹਸਪਤਾਲ ਦੁਆਰਾ ਪ੍ਰਤੀ ਦਿਨ ਪ੍ਰਤੀ ਮਰੀਜ਼ ₹5000 ਤੋਂ ਵੱਧ ਵਾਲੇ ਕਿਰਾਏ ਦੇ ਕਮਰੇ ਤੇ 5% ਦੀ GST